ਮਾਂ ਦਾ ਦਰਜਾ ਅਤੇ ਮਾਂ ਦਾ ਸਥਾਨ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਹੁੰਦਾ ਹੈ। ਮਾਂ ਹੀ ਹੁੰਦੀ ਹੈ ਜੋ ਬਚਪਨ ਤੋਂ ਹੀ ਬੱਚੇ ਲਈ ਅਸਹਿ ਅਤੇ ਅਕੈਦ ਦੁੱਖ ਸਹਾਰਦੀ ਹੈ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਕੋਈ ਵੀ ਕਮੀ ਨਹੀਂ ਛੱਡਦੀ। ਅਜਿਹੇ ਹੀ ਸਨ ਸ਼੍ਰੀਮਤੀ ਰਾਮ ਪਿਆਰੀ ਜੀ। ਸ਼੍ਰੀਮਤੀ ਰਾਮ ਪਿਆਰੀ ਜੀ ਇੱਕ ਬਹੁਤ ਹੀ ਚੰਗੇ ਅਤੇ ਸੰਸਕਾਰੀ ਔਰਤ ਸਨ। ਆਪ ਜੀ ਨੇ ਆਪਣੇ ਬੱਚਿਆਂ ਨੂੰ ਸਹੀ ਸੇਧ ਦੇ ਕੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ, ਜਿਸ ਦੀ ਬਦੌਲਤ ਅੱਜ ਆਪ ਜੀ ਦੇ ਬੱਚੇ ਬਹੁਤ ਹੀ ਚੰਗੇ ਹਨ, ਸੰਸਕਾਰੀ ਹਨ, ਪੜ੍ਹੇ ਲਿਖੇ ਹਨ ਅਤੇ ਸਮਾਜ ਵਿੱਚ ਸ਼ਲਾਘਾਯੋਗ ਸਥਾਨ ਰੱਖਦੇ ਹਨ। ਸਭ ਤੋਂ ਵੱਡੀ ਗੱਲ, ਆਪ ਜੀ ਦੇ ਬੱਚੇ ਆਪ ਜੀ ਦੇ ਪਾਏ ਪੂਰਨਿਆਂ ਤੇ ਚੱਲ ਕੇ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ। ਸ਼੍ਰੀਮਤੀ ਰਾਮ ਪਿਆਰੀ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਲੋਨੀ ਪਠਾਨਕੋਟ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। Thank you.
ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਨਸਾਨ ਦੀ ਜ਼ਿੰਦਗੀ 'ਚ ਜਿੰਨੀ ਸਵਾਸਾਂ ਦੀ ਪੂੰਜੀ ਲਿਖ ਕੇ ਭੇਜਦਾ ਹੈ, ਉਨੀ ਸਵਾਸਾਂ ਦੀ ਪੂੰਜੀ ਜਿਸਦੇ ਖਤਮ ਹੋਈ ਜੇ ਅਤੇ ਆਦਮੀ ਪੰਨਾ ਛੱਡ ਕੇ ਚੱਲਦਾ ਬਣ। ਰਾਮ ਕਹਿਰੀ ਜੀ ਜਿੰਨੀ ਸਵਾਸਾਂ ਦੀ ਪੂੰਜੀ ਲੈ ਕਰਕੇ ਉਸ ਪਰਮ ਪਿਤਾ ਪਰਮਾਤਮਾ ਤੋਂ ਆਏ ਸੰਸਾਰ ਵਿੱਚ, ਉਹਨਾਂ ਨੇ ਉਹ ਸਾਰੀ ਜ਼ਿੰਦਗੀ ਆਪਣੀ ਭੋਗੀ ਔਰ ਭੋਗ ਕੇ ਚੱਲਦੇ ਬਣ। ਤੁਸੀਂ ਸਾਰੇ ਇਸ ਪਰਿਵਾਰ ਨਾਲ ਆਪਣੀ ਸਾਂਝ ਪੈਦਾ ਕਰਨ ਵਾਸਤੇ ਆਏ ਹੋ, ਸੰਵੇਦਨਾ ਵਿਅਕਤ ਕਰਨ ਵਾਸਤੇ ਆਏ ਹੋ। ਮੈਂ ਇਸ ਪਰਿਵਾਰ ਵੱਲੋਂ ਆਪ ਸਭ ਦਾ ਬੜਾ ਸ਼ੁਕਰਗੁਜ਼ਾਰ ਹਾਂ ਔਰ ਪਰਮ ਪਿਤਾ ਪਰਮਾਤਮਾ ਅੱਗੇ ਇਹ ਬੇਨਤੀ ਕਰਨਾ ਕਿ ਉਸ ਵਿੱਚ ਵੀ ਰੂਹ ਨੂੰ ਸ਼ਾਂਤੀ ਪ੍ਰਾਪਤ ਹੋ। ਦੋ ਸ਼ੋਕ ਪ੍ਰਸਤਾਵ ਨੇ, ਇੱਕ ਗੁਰਦੁਆਰਾ ਦਮਦਮਾ ਸਾਹਿਬ ਵੱਲੋਂ ਪ੍ਰਸਤਾਵ ਹੈ ਬੇਨਤੀ ਕਰਾਉਣੀ ਔਰ ਦੂਸਰਾ ਪ੍ਰਸਤਾਵ ਹੈ ਸ਼ੰਕਰ ਡਰਾਮਾਟਿਕ ਕਲੱਬ ਮਿਸਟਰ ਕਲੋਨੀ ਪਠਾਨਕੋਟ ਸ਼ਸ਼ੀ ਸ਼ਰਮਾ ਉਹਨਾਂ ਦੇ ਪ੍ਰਧਾਨ ਆਏ ਨੇ। ਜਿਹੜੀਆਂ ਸ਼ਖਸੀਅਤਾਂ ਇੱਥੇ ਮੌਜੂਦ ਸਨ ਮੈਂ ਆਪਦੀ ਸੇਵਾ 'ਚ ਉਹਨਾਂ ਦੇ ਨਾਮ ਵੀ ਦੱਸਣਾ ਚਾਹੁੰਦਾ। ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਪ੍ਰੈਜੀਡੈਂਟ ਅਨਿਲ ਵਿੰਗ ਜੀ, ਐਕਸ ਮਿਨਿਸਟਰ ਰਮਨ ਭੰਡਾਲੀ, ਐਕਸ ਐਮ ਸੀ ਜਨ ਬਹਾਦਰ ਬੇਦੀ ਜੀ, ਬੀ ਜੇ ਪੀ ਮੰਡਲ ਪ੍ਰੈਜੀਡੈਂਟ ਰੋਹਿਤ ਪੁਰੀ ਜੀ, ਸੰਜੀਵ ਮਰਹਨ ਜੀ, ਚੁਨੀ ਲਾਲ ਜੀ ਐਮ ਸੀ, ਕਪੋਕੀ ਜੀ ਐਮ ਸੀ, ਅਜੇ ਐਮ ਸੀ, ਭਗਵਤੀ ਐਮ ਸੀ, ਵਿੱਕੀ ਐਮ ਸੀ, ਪਿੰਟੂ ਐਮ ਸੀ, ਬਬਲੀ ਐਮ ਸੀ, ਪੰਨਾ ਲਾਲ ਭਾਟਿਆ ਐਮ ਸੀ ਔਰ ਸੁਰੇਸ਼ ਅਰੋੜਾ ਜੀ ਔਰ ਰਾਜ ਕੁਮਾਰ ਮਹਾਜਨ ਐਮ ਸੀ, ਇਹਨਾਂ ਸਾਰਿਆਂ ਨੇ ਆਪਣੀ ਸ਼ਮੂਲੀਅਤ ਇਸ ਅੰਤਿਮ ਲੋਕ ਸਭਾ ਚੁਣਨ ਕੀਤੀ ਹੈ। ਇਹਨਾਂ ਦਾ ਵੀ ਬੜੇ ਸ਼ੁਕਰਗੁਜ਼ਾਰ ਹਾਂ ਔਰ ਸਾਰੀ ਸਾਧ ਸੰਗਤ ਦੀ ਬੇਨਤੀ ਮੇਰੀ ਪ੍ਰਵਾਨ ਕਰੋ, ਇਸ ਪਰਿਵਾਰ ਨੇ ਲੰਗਰ ਦੀ ਵਿਵਸਥਾ ਕੀਤੀ ਹੈ, ਮਨ ਕੀਤਾ ਸਾਰੇ ਭੈਣਾਂ ਔਰ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਲੰਗਰ ਛੱਡ ਕੇ ਜਾਣ ਔਰ ਇਸ ਪਰਿਵਾਰ ਨੂੰ ਅਸ਼ੀਰਵਾਦ ਦੇ ਕੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।